ਇਹ ਕਮਰਾ ਚਾਹੀਦਾ ਖੁੱਲਾ ਡੁੱਲਾ ਕਮਰਾ ਤੁਹਾਨੂੰ ਖੁੱਲਾ ਮਿਲੇਗਾ ਜਨਾਬ ਆਪਣਾ ਤਾਰਫ ਕਰਾਓ ਕਮਰਾ ਕਿਹੜਾ ਚਾਹੀਦਾ ਚੁੱਪਣਾ ਉਹਨੇ ਹੱਥ ਛੱਡ ਕੇ ਆ ਇਹ ਤਾਂ ਛੋਟੀ ਆ ਬੜੀ ਚੰਗੀ ਹੁੰਦੀ ਧੁੰਦਾ ਤੇਰੀ ਮਾਂ ਨੇ ਕਢਾਈਆ ਕਮਰਾ ਚਾਹੀਦਾ ਖੁੱਲਾ ਡੁੱਲਾ ਓ ਭਾਈ ਖੁੱਲਾ ਡੁੱਲਾ ਚਾਹੀਦਾ ਸਾਡੀਆਂ ਮਾਵਾਂ ਤੱਕ ਤੂੰ ਜਾਣਾ ਕੀ ਕਰਨਾ ਭਾਈ ਯਾਰ ਮੇਰਾ ਦਿਲ ਕਰਦਾ ਮੇਰੇ ਕੋਲ ਪੈਸੇ ਆ ਤੁਹਾਡੇ ਕੋਲ ਨਹੀਂ ਹੈਗੇ ਤੁਸੀਂ ਨਹੀਂ ਵੜਦੇ ਬੜੀ ਗੱਲ ਆ ਵੈਸੇ ਜੀ ਮਾਂ ਤੇਰੀ ਬੜੀ ਚੰਗੀ ਸੀ ਮਾਨਾ ਕੀ ਕਰਦੀ ਸੀ ਚੰਗੀ ਸ਼ੁਕਰ ਅੱਲਾ ਸ਼ਵਾਰਮਾ ਖਾਂਦੀ ਮਾਂ ਜੀ ਸ਼ਵਾਰਮਾ ਖਾਂਦੀ ਸੀ ਹੱਥ ਛੱਡ ਕੇ ਐ ਕਰਕੇ ਜੇ ਉਹ ਸ਼ਵਾਰਮਾ ਖਾਂਦੀ ਸੀ ਤੇ ਤੂੰ ਵੀ ਤਾਂ ਮਾਇਨ ਨਹੀਂ ਚੱਟਦਾ ਸੀ ਮਾਂ ਤੇਰੀ ਵੀ ਬਹੁਤ ਚੰਗੀ ਸੀ ਜਿਹਨੇ ਰਕਸ਼ਾ ਜੰਮਿਆ ਰਨਕਪੁਰੀ ਕਰਨੀ ਆ ਖੁੱਲਾ ਡੁੱਲਾ ਦੇਖ ਬੇਟੇ ਫਰਵਰੀ ਦਾ ਮਹੀਨਾ ਆ ਕੋਸ਼ਿਸ਼ ਕਰਨੀ ਬੇਟਾ ਵੀ ਭੈਣ ਨੀ ਦੇਣੀ ਕਮਰਾ ਹੋਵੇ ਖੁੱਲਾ ਡੁੱਲਾ ਤੇ ਗਲੀ ਨੰਬਰ ਹੋਵੇ 14 14 ਚ ਰਕਸ਼ਾ ਕਰਾਉਂਦਾ 32 ਇੱਥੇ ਤਾਂ ਆ ਕੇ ਵੇਖ ਮੇਰੀ ਜੁੱਤੀ ਪਈ ਆਈ ਅੰਮੀ ਯਾਰ ਪਤਾ ਨੀ ਮੈਂ ਕਮਰੇ ਦਾ ਰੈਂਟ ਕੀ ਆ ਜੀ ਕਮਰੇ ਦਾ ਰੈਂਟ ਦੱਸ ਸਰ 5,000 ਰੁਪਇਆ ਲਵਾਂਗੇ ਤੁਹਾਡੇ ਕੋਲੋਂ ਏਸੀ ਵਾਲੇ ਕਮਰੇ ਦਾ ਪੱਖੇ ਵਾਲੇ ਕਮਰੇ ਦਾ 2,000 ਰੁਪਇਆ ਪੱਖੀ ਵਾਲੇ ਦਾ 800 ਰੁਪਇਆ ਤੇ 600 ਰੁਪਇਆ ਉਸ ਕਮਰੇ ਦਾ ਜਿਹਦੇ ਅੱਗੇ ਪੱਖੀ ਖਿਲਾਰ ਕੇ ਤੁਸੀਂ ਮੂੰਹ ਨਾ ਇੰਜ ਕਰਨਾ ਵਾ ਥੋੜੇ ਜੇ ਘੱਟ ਤਾਂ ਕਰੋ 2-400 ਤੋਂ ਘੱਟ ਕਰ ਜਾਣਦੇ ਸੋਫੀਆ ਇਹਨਾਂ ਨੇ ਕਿਸੇ ਨੇ ਰੋਟੀ ਲੈ ਕੇ ਨਹੀਂ ਆਉਣਾ ਪਿੱਛੇ ਕਿਉਂ ਆ ਜਿਹੜਾ ਬਹੁਤਾ ਭੌਂਕਦਾ ਉਹਨੇ ਹੀ ਕਹਿਣਾ ਆ ਰਾਤੀ ਪਤਾ ਲੱਗਾ ਕੰਜਰ ਫੜੇ ਗਏ ਸਾਡੇ ਤੇ ਮੁਕੰਦਰ ਵੀ ਇਹਦੇ ਜਿਹੜਾ ਸਫਾਈ ਵਾਕਫ ਹੁੰਦਾ ਗੁਜਰਾਤ ਗਿਆ ਹੁੰਦਾ ਉਹਨੂੰ ਫੋਨ ਕਰੀਏ ਨਾ ਕਿੱਥੇ ਆ ਭਾਜੀ ਮੈਂ ਫੜਿਆ ਗਿਆ ਆ ਔਰ ਮੈਂ ਜਨਾਜ਼ੇ ਨਾ ਮੈਂ ਤੇਰੇ ਨਾਲ ਕਰਦਾ ਗੱਲ ਉਹ 2 ਜਨਾਜ਼ੇ ਹੋ ਜਾਂਦੇ ਇੱਕ ਸਾਡਾ ਹੋ ਜਾਂਦਾ ਇੱਕ ਉਹਦਾ ਹੋ ਜਾਂਦਾ ਕਮਰਾ ਦੱਸੋ ਜੀ ਕਮਰਾ ਇਹਨੂੰ ਦਿਓ ਜੀ 8ਵੀਂ ਬਿਲਡਿੰਗ ਦੇ ਉੱਤੇ ਕਮਰਾ ਦਿਓ 8ਵੇਂ ਫਲੋਰ ਤੇ ਸਾਰੇ 8ਵੇਂ ਫਲੋਰ ਤੇ ਰਕਸ਼ਾ ਜਾਂਦਾ ਹੀ ਨਹੀਂ ਕਮਰਾ ਕਿੰਨੇ ਨੰਬਰ ਕਮਰਾ ਆ 8ਵੇਂ ਫਲੋਰ ਤੇ 627 ਨੰਬਰ ਕਮਰਾ ਸਰ ਆ ਪਰੇ ਹੋਈ ਜਰਾ ਕਿ ਆ ਸਾਹਮਣੇ ਆ ਕੰਨ ਦਾ ਤਾਂ ਮੁੱਕ ਗਿਆ ਆਰਾਮ ਦੇ ਕਿਹੜੀ ਤੇਰੀ ਮਾਂ ਦੇ ਖੁੱਡੇ ਦੇ ਵਿੱਚ ਬਿਲਡਿੰਗ ਬਣੀ ਤੈਨੂੰ ਜੀ ਪਤਾ ਇੱਥੇ ਮੁੱਕ ਜਾਂਦਾ ਵਾ ਤੇ ਇੱਥੇ ਭੈਣ ਦੇਣ ਆਇਆ ਤੂੰ ਡਾਇਰੈਕਟਰ ਨੂੰ ਭੈਣ ਦੇ ਉਹ ਜਾ ਕਹਿੰਦੇ ਕਮਰਾ ਬੁੱਕ ਕਰਾਉਣਾ ਜੇ ਭੈਣ ਦੇਣੀ ਆ ਤੇ ਇੱਕ ਨੇ 2 ਦੇਣੀ ਆ ਮੈਂ ਵੀ ਦੇਣੀ ਆ
ਅੱਛਾ ਜੀ 5000 ਰੁਪਈਆ ਆ ਲਓ ਜੀ 5000 ਤੇ ਇੱਕ ਚਾਹੀਦਾ ਆ ਸ਼ਾਦੀ ਹਾਲ ਅੱਛਾ ਰੁਪਏ ਤੁਹਾਡਾ ਫਾਲਤੂ ਆ ਗਿਆ ਨਹੀਂ ਰੱਖੋ ਸਾਲੀਏ ਏਡੀ ਤੂੰ ਇਮਾਨਦਾਰ ਨਹੀਂ ਲੈ ਸਰ 5000 ਕਿਸੇ ਦਾ 100 ਘੱਟ ਹੋਵੇ ਉਹ ਬੋਲਣੀ ਵੀ ਡੱਬੀ ਕ ਰੱਖ ਲੈਣੀ ਆ ਸ਼ਾਦੀ ਹਾਲ ਚਾਹੀਦਾ ਜੀ ਮੇਰੇ ਪੈਸੇ ਗਿਣਨ ਦਿਓ ਜਨਾਬ ਸ਼ਾਦੀ ਹਾਲ ਜੀ ਚਲੋ ਚਲੋ ਗਿਣ ਲਓ ਏਡੀ ਹੈਰਾਨ ਦੀ ਆ ਪਤਾ ਵੀ ਜਾਲੀ ਫਿਰ ਠੁੱਕ ਲਾਉਣ ਡਈ ਉਹਨੂੰ ਪਤਾ ਨਾ ਠੁੱਕ ਦੀ ਕਦਰ ਕੀ ਆ ਯਾਨੀ ਸਹੀ ਕਿਵੇਂ ਜਾਂਦੇ ਇੰਨੀ ਅਹਿਮੀਅਤ ਆ ਪਾਗਲੇ ਤੂੰ ਐਵੇਂ ਠੁੱਕ ਲਾਉਂਦਾ ਹੀ ਆ ਉਹਦਾ ਸਟਾਰਟ ਨਾ ਇਹ ਪਾਗਲੇ ਤੂੰ ਐਵੇਂ ਠੁੱਕਦਾ ਵੀ ਇਹ ਪਾਗਲੇ ਤੂੰ ਐਵੇਂ ਠੁੱਕਦਾ ਨਹੀਂ ਇਹ ਤੇ ਪਾਗਲੇ ਮੈਂ ਵੀ ਠੁੱਕਦਾ ਇਹ ਰਕਸ਼ਾ ਜੀ ਰਕਸ਼ਾ ਖੁਸ਼ ਵਾ ਦੋ ਪਈਆਂ ਦਾ ਚਲਾਉਂਦਾ ਪਾਗਲੇ ਤੂੰ ਮੈਂ ਸ਼ਾਦੀ ਹਾਲ ਚਾਹੀਦਾ ਜਿਹਦੇ ਵਿੱਚ 2000 ਬੰਦਾ ਆ ਜਾਏ 2000 ਕਮਰੇ ਦਾ 5000 ਰੁਪਇਆ ਹੋ ਗਿਆ ਰਕਸ਼ੇ ਦੀ ਪੰਨੀ ਆਵੇ ਤਾਂ ਚੀਕਾਂ ਲੱਗ ਪੈਂਦਾ ਸ਼ਾਦੀ 'ਚ 2000 ਬੰਦਾ ਤੇਰੀ ਐਡੀ ਵਾਕਫੀਅਤ ਕਿੱਥੋਂ ਇਹ ਐਡੀ ਵਾਕਫੀਅਤ ਕਿਤੇ ਰੱਖਿਆ ਹੋਇਆ ਚਾਹ ਮੈਂ 2000 ਨੂੰ ਕੀ ਕਰਨਾ ਪੈਣਾ ਇਹਦਾ ਗੁੱਸਾ ਨਾ ਕਰੋ ਪੈਟਰੋਲ ਤੋਂ CNG ਤੇ ਕਰੀ ਐਂਜੀ ਕਰਦਾ ਭਾਈ ਜੀ ਸ਼ਾਦੀ ਹਾਲ ਦਾ ਕਿਰਾਇਆ ਕੀ ਹੈ ਉਹਦਾ ਕਿਰਾਇਆ 18 ਤੇ 20000 ਰੁਪਇਆ ਹੋਇਆ ਉਰੇ ਆ ਕੀ ਹੈ ਯਾਰ ਤੂੰ ਕਿੱਡਾ ਗਰੀਬ ਆਦਮੀ ਹੈ ਤੈਨੂੰ ਸ਼ਾਦੀ ਹਾਲ ਦੇ ਕਿਰਾਏ ਦਾ ਨਹੀਂ ਪਤਾ ਦੱਸੋ ਅੱਲਾ ਨੇ ਕਿਸੇ ਕਿੱਡਾ ਗਰੀਬ ਹੈ ਇਹ ਸਿਆਣਿਆਂ ਨੂੰ ਇਹ ਨਹੀਂ ਪਤਾ ਰੈਡ ਬੁਲ ਕਿਹਨੂੰ ਕਹਿੰਦੇ ਸਮਝ ਇਸਲਾਮਾਬਾਦ ਟਾਈਮ ਜਾਂਦਾ ਇਹ ਹੁਣ ਰਾਣੀ ਜੂਸ ਦਾ ਡੱਬਾ ਦੇ ਘਰ ਸਿੱਟਦੇ ਘਰ ਖਾਲੀ ਹੋ ਜਾਣਾ ਰਾਤੀ ਕੋਈ ਬੰਬ ਸਿੱਟ ਗਿਆ ਕਿੱਡੇ ਕੇ ਗਰੀਬ ਆ ਵੀ ਅੱਬਾ ਇਹਦਾ ਠੀਪੇ ਵੀ ਥੁੱਕ ਲਾ ਕੇ ਗਿਣਦਾ ਰਜਾਈ ਦੇ ਵਿੱਚ ਸੌਂਦਾ ਉਹਦੇ ਵਿੱਚ ਰੂਹ ਇੰਦੇ ਜਿਵੇਂ ਕਿਤੇ ਕਿਤੇ ਬੱਦਲ ਆਏ ਇਹ ਸਹਿਗਲ ਫੈਮਿਲੀ ਤੋਂ ਇਹ ਸਹਿਗਲ ਫੈਮਿਲੀ ਚੋ ਆ ਸਹਿਗਲ ਫੈਮਿਲੀ ਚੋ ਪਾਕਿਸਤਾਨ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਕੀ ਕੀਮਾ ਤੁਹਾਡੇ ਘਰ ਪੱਕੇ ਆ ਅੱਛਾ ਜੀ 2.5 ਲੱਖ ਰੁਪਏ ਦਿਓ ਮੈਰਿਜ ਹਾਲ ਦਾ ਮੈਰਿਜ ਹਾਲ ਦਾ 2.5 ਲੱਖ ਆਹੋ ਵੇਚਣਾ ਹੀ ਪੈਣਾ ਅੱਜ ਤੁਸੀਂ ਬੜੇ ਸਾਫ ਸੁਥਰੇ ਕੱਪੜੇ ਪਾਏ ਰੱਖਦੇ ਇਸਲਾਮਾਬਾਦ ਚਲਾਉਣ ਲੱਗ ਪਏ ਮੇਰੀ ਨਸੀਰ ਫੁੱਟਦੀ ਆ ਉਹਦੇ ਮੁੰਡੇ ਦੀ ਸ਼ਾਦੀ ਆ ਉਹ ਤੈਨੂੰ ਆਪਣੀ ਨੌ ਬਣਾਉਣਾ ਚਾਹ ਰਿਹਾ ਉਹ ਨੌ ਨੀ ਆ ਹਰਾਮ ਦਿਆ ਉਹ ਸਿੱਧਾ ਰਹਿੰਦਾ ਤੈਨੂੰ ਧੀ ਕਹਿਣਾ ਚਾਹੁੰਦਾ ਅੱਛਾ ਜਾ ਕਹਿਣਾ ਮੈਂ ਦੇਖਦਾ ਕਿਹੜਾ ਰੋਕਦਾ ਜਾ ਕਹਿ ਆ ਜਾ ਯਾਰ ਕਹਿਣਾ ਕਦ ਵਾਸਤੇ ਚਾਹੀਦੀ ਹੈ ਜੀ ਠਾ ਠਈਏ ਆਸ ਕਦੇ ਵਾਸਤੇ ਅੱਖਾਂ ਮਾਰਦਾ ਰਖਸ਼ਾ ਮੈਂ ਕਹਿੰਦਾ ਚਲੋ ਈਸ਼ਵਰ ਨੂੰ ਹੁਣ ਆਰਾਮ ਕਰਾਈਏ
ਚੰਗੀ ਗੱਲ ਇਹਨਾਂ ਗੱਲ ਕਰ ਲਾ ਜੇ ਜਾਇਜ਼ ਜਾਇਜ਼ ਲੈਂਦੀ ਆ ਤਾਂ ਮੈਂ ਕਹਿੰਦਾ ਚਲੇ ਜਾਓ ਕਿੰਨੇ ਪੈਸੇ ਲੈਣੇ ਆ ਠਾਹ ਠਈਏ ਦੇ ਕਹਿ ਰਹੇ ਨੇ ਉਹ ਕੀ ਹੁੰਦਾ ਠਾਹ ਠਈਆ ਜਦੋਂ ਮਤਲਬ ਸਮਝਦੇ ਨੇ ਜੋ ਜੰਪਾਂ ਤੇ ਚੱਲਦਾ ਵਾ ਹਾਂ ਉਹ ਜੰਪ ਹੀ ਹੁੰਦੇ ਆ ਜੰਪ ਉਹ ਜੰਪ ਜਿਹੜਾ ਤੋਂ ਇਹ ਕੀਤੀ ਅੱਛਾ ਉਹਨੂੰ ਇਹ ਜੀ ਪੁੱਛਦੇ ਆ ਜਿਵੇਂ ਨੂੰ ਪਤਾ ਹੀ ਕਿ ਤੈਨੂੰ ਠਾਹ ਠਈਏ ਦਾ ਨਹੀਂ ਪਤਾ ਆਰਾਮ ਦੀ ਉਹ ਚਤਾ ਹੀ ਲੈਣੀ ਆ ਤਮੀਜ਼ ਸੇ ਡਰਾਮਾ ਕਰ ਰਹੇ ਹੋ ਨਾ ਆਪ ਤਾਂ ਤੇ ਬਹਿ ਦੇ ਦਿਓ ਠਾਹ ਠਈਏ ਦਾ ਨਹੀਂ ਪਤਾ ਤਸਲੀਮ ਮੈਂ ਕਹਿ ਰਹੀ ਬਾਤ ਨਹੀਂ ਆ ਲੈ ਮੈਂ ਤੈਨੂੰ ਬਹੁਤ ਕੁੱਟਾਂਗੇ ਪਿੱਛੇ ਆ ਤੇਰੇ ਪੈਸੇ ਲੈ ਗਏ ਆ ਮੇਰੇ ਕਾਹਦੇ ਪੈਸੇ ਆ 2000 ਤੈਨੂੰ ਲੈਦਾ ਆ ਹਾਂ ਟਿਕ ਟਿਕ ਇਹ ਯਾਨੀ ਕਿ ਚਿਪ ਨਹੀਂ ਚਿਪ ਚਿਪ ਆ ਟੋਟਲ 6000 ਰੁਪਿਆ ਉਹ ਤੇਰੀ ਗੈਰਤ ਕਿੱਥੇ ਬਣ ਗਈ ਓਏ ਅੱਜ ਕਿਸੇ ਦੀਆਂ ਔਰਤਾਂ ਦੇ ਰੇਟ ਲਾਉਂਦੇ ਆਪਣੀ ਗਿਰੇਬਾਜ਼ ਚ ਚਾਤੀ ਬਾਹਰ ਉਹ ਤੂੰ ਵੀ ਜੰਮੀਆਂ ਵਾਲਾ ਵਾ ਲੈਣੇ ਮੈਂ ਵੀ ਨਾ ਲੜਦਾ ਰਵਾਂ ਮੈਨੂੰ ਦੱਸ ਦੇ ਮੈਂ ਕਿਹਾ ਵੀ ਕਿਸ਼ਵਰ ਦਾ ਮੁੰਡਾ ਤੇ ਗੈਰਤ ਤੇ ਰਲਦੀ ਨੇ ਇਹਨੂੰ ਅੰਦਰ ਛੱਡ ਗਿਆ ਕਮਰੇ ਦੇ ਵਿੱਚ ਛੱਡ ਗਿਆ ਆ ਨਾ 1000 ਰੁਪਇਆ ਤੇ ਸਾਰੇ ਦੇ ਅੰਦਰ ਜਾ ਤੇ ਪਰ ਆਪਣਾ ਨਾਮ ਪੇਸਟ ਆਪਣਾ ਨਾਮ ਕੀ ਕਰਨੀ ਹੈ ਕੀ ਕਰਨੀ ਉਹ ਪੇਸਟ ਕਹਿੰਦਾ ਮੈਂ ਜਿਹੜਾ ਕੰਮ ਕਰਨਾ ਉਸ ਤੋਂ ਬਾਅਦ ਮੈਂ ਪੁੱਛ ਕਰਦਾ ਵਾਂ ਉਹ ਤੁਸੀਂ ਤਾਂ ਮੈਨੂੰ ਕਹਿੰਦੇ ਸੀ ਮੈਂ ਮਸਵਾਕ ਕਰਦਾ ਉਹ ਐਵੇਂ ਬਕਵਾਸ ਕਰਦਾ ਹਾਏ ਹਾਂਜੀ ਜਸਰ ਕੋਈ ਸਾਹਿਬ ਇਹਦੇ ਹਾਂਜੀ ਕੋਈ ਸਾਹਿਬ ਕਮਰਾ ਦਿਖਾ ਜਾਇਂ ਛੱਡ ਕੇ ਆ ਕਿ ਤੁਸੀਂ ਛਾ ਗਿਆ ਨਾ ਅੱਛਾ ਕੋਈ ਸਾਹਿਬ ਇੱਧਰ ਆਓ ਕਮਰਾ ਤੁਸੀਂ ਗੰਨਾ ਨਹੀਂ ਕਰਨਾ ਫਿਲਹਾਲ ਠੀਕ ਹੈ ਆਹ ਨਹੀਂ ਕਰਦੇ ਹਾਂਜੀ ਉਹ ਧਿਆਨ ਨਾਲ ਕਿ ਗੱਡਰ ਖੁੱਲਾ ਹੈ ਇਹਦੇ ਪਈਆਂ ਦਾ ਬਸਾ ਦੇ ਕੀ ਤੂੰ ਭੈਣ ਦੇਣ ਲਗਾ ਹੁਣ ਆਹ ਆਹ ਕਮਰਾ ਆ ਜੀ ਆਓ ਵੇਖੋ ਉਹ ਵੇਖੋ ਬੱਚੇ ਰਕਸ਼ਾ ਉਹ ਹਰਾਮ ਦੇ ਆ ਬੰਦਾ ਸਿਗਰ ਲਾ ਕੇ ਬੈਠਾ ਹੈ ਤੇ ਬੈਠਾ ਕਿਹੜਾ ਵਾ ਜ਼ਮੀਨ ਤੇ ਰਕਸ਼ਾ ਜੀ ਬੈਠਾ ਵਾ ਕਮਰੇ ਕਿਹੜਾ ਪਹਿਲੀ ਦਫਾ ਜਾਣਾ ਆ ਜਾ ਕਾਹੇ ਕਰਾਂ ਇੰਜਣਾ ਕੋਈ ਵੱਡਾ ਹੀ ਆ ਤੇ ਫੇਰ ਮਜ਼ਾ ਆਉਣਾ ਵਾ ਅੱਗੇ ਜੀ ਕੰਧ ਸੀ ਹੁਣ ਕਿੱਥੇ ਚਲਾ ਗਿਆ ਸਾਰਾ ਸਾਹਮਣਾ ਤਾਂ ਨਹੀਂ ਲੱਗਿਆ ਆਇਆ ਕਰਕੇ